हाँ जी सज्जनों, माघी मेले ते जिहड़े जिहड़े बंदे घोड़ियां लैके जाना चाहुंदे आ जां देखना चाहुंदे आ मेला इस साल, तां ओह बंदे जरूर इस वीडियो नूं एंड तक देखियो, नाले शेयर जरूर करियो तां कि जो भी कमेटी ने फैसला करिया वह सारे बंदियां तक पहुँच सके। धन्नवाद जी। आओ सुणाउणे आ तुहानूं कमेटी मैंबरां दे विचार वी रणनीति अगली की तैयार हुई है, किन्नी तरीक नूं आपां जानवर मंडी च लैके जाणे आ। ਵਾਕਈ ਵੀਰ ਮੇਰਾ ਬੋਲ ਰਿਹਾ ਸੀ ਵੀ ਸਾਡੀ ਜਿਹੜੀ ਫਸਲ ਦੀ ਲੜਾਈ ਹੈ, ਨਸਲ ਦੀ ਲੜਾਈ ਹੈ, ਸਰਕਾਰਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਨਾਲ ਦਿਵਾਉਣਾ ਚਾਹੁੰਦੀਆਂ ਨੇ। ਹਰ ਮੋੜ ਤੋਂ ਸਰਕਾਰ ਸਾਡੀਆਂ ਫਸਲਾਂ ਤੋਂ ਵੀ ਸਾਡੇ ਘੋੜਾ ਪਾਲਕ ਜਿਹੜੇ ਵੀਰ ਇਹਨਾਂ ਨੇ ਕਿਤੇ ਨੂੰ ਵੀ ਖਤਮ ਕਰਨਾ ਚਾਹੁੰਦੇ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਤੁਹਾਡੀ ਪੂਰਨ ਹਮਾਇਤ ਕਰਦੀ ਹੈ ਤੇ ਮੇਲਾ ਚਲਾਵਾਂਗੇ, ਮੇਲਾ ਚਲਾ ਕੇ ਰਹਾਂਗੇ। ਜਿੰਨੇ ਵੀ ਸਰਕਾਰ ਨੂੰ ਪ੍ਰੋਗਰਾਮ ਦਿੱਤੇ ਆ ਅੱਜ ਤੱਕ ਪੈਰ ਪਿੱਛੇ ਪੱਟਿਆ ਨਹੀਂ ਤੇ ਨਾ ਹੀ ਪੱਟਾਂਗੇ। ਬੋਲੇ ਸੋਨਿਆ ਸੱਤ ਤਰੀਕ ਨੂੰ ਮੰਡੀ ਦੇ ਵਿੱਚ ਘੋੜੇ ਜਾਨਵਰ ਲੈ ਕੇ ਆਓ, ਜਥੇਬੰਦੀ ਪੂਰੀ ਦੀ ਪੂਰੀ ਸਾਰੀ ਬੁਲਾਵਾਂਗੇ, ਝੰਡੇ ਲਾਵਾਂਗੇ ਤੇ ਤੁਹਾਡਾ ਜਿਹੜਾ ਮੇਲਾ ਹੈ ਉਹ ਬਾਬੇ ਨਾਨਕ ਦੀ ਕਿਰਪਾ ਨਾਲ ਚਲਾਵਾਂਗੇ। ਜਥੇਬੰਦੀ ਹਾਂਜੀ ਬਾਈ, ਹੁਣ ਆਪਾਂ ਨੂੰ ਜਿੰਦਾਬਾਦ ਜੂਨੀਅਰ ਸਿੱਧੂਪੁਰ ਜਿੰਦਾਬਾਦ। ਲੈ ਵੀ ਸਿੱਧੂ ਹੁਣ ਤਾਂ ਮਿਲ ਗਈ, ਮੈਂ ਇੱਥੇ ਤੈਨੂੰ ਤਾਂ ਮੋਦੀ ਬਣਾ ਲਿਆ ਸੀ ਭਗਵੰਤ ਮਾਨ ਗੱਡੀ ਹੁਣ ਨਾ ਪ੍ਰਵਾਹ ਮੰਨੋ ਬਸ 7 ਤਰੀਕ ਨੂੰ ਲਿਆਓ ਫਿਰ ਆਪਦੇ ਜਾਨਵਰ ਪ੍ਰਧਾਨ ਸਾਹਿਬ ਆ ਗਏ ਆਪਣੇ ਕੋਲੇ ਹਨਾ। 7 ਤਰੀਕ ਨੂੰ ਬਾਈ ਜੀ ਘੋੜਾ ਪਾਲਕ ਭਰਾਵਾਂ ਨੂੰ ਬੇਨਤੀ ਆ ਵੀ 7 ਤਰੀਕ ਨੂੰ ਜਿਹੜੀ ਆਪਣੀ ਘੋੜਿਆਂ ਵਾਲੀ ਫਸਲ ਆ ਇਹਨੂੰ ਲੈ ਕੇ ਮੰਡੀ 'ਚ ਪਹੁੰਚੋ। ਸਾਰੇ ਭਰਾਵਾਂ ਨੂੰ ਬੇਨਤੀ ਆ 7 ਤਰੀਕ ਨੂੰ ਆਪਾਂ ਜਿਹੜੀ ਆਪਣੀ ਫਸਲਾਂ ਨੂੰ ਲੈ ਕੇ ਮੰਡੀ 'ਚ ਪਹੁੰਚਣਾ। ਸਾਰੇ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਆਪਣੇ ਨਾਲ ਆ, ਜੇ ਲੋੜ ਪਈ ਤੇ ਆਪਾਂ ਸਾਰੀ ਸਟੂਡੈਂਟ ਜੋ ਯੂਨੀਅਨ ਆ ਸਾਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਆ, ਸਟੂਡੈਂਟ ਯੂਨੀਅਨ ਜੋ ਵੀ ਆਪਣੀ ਕਿਸਾਨ ਯੂਨੀਅਨ ਆ ਸਾਰੀਆਂ ਆਪਾਂ ਰਲ ਮਿਲ ਕੇ ਇੱਕ ਆਪਣੀਆਂ 'ਚ ਨਵੀਂ ਜਿਹੜੀ ਹੋਣ ਦੇ ਵਿੱਚ ਆਈ ਆ ਘੋੜਾ ਯੂਨੀਅਨ, ਇਹ ਸਾਰੀ ਆਪਾਂ ਰਲ ਕੇ ਉੱਥੇ ਤੁਹਾਡਾ ਸਾਥ ਦੇਵਾਂਗੇ। ਸਾਰੇ ਘੋੜਾ ਪਾਲਕ ਵੀਰਾਂ ਨੂੰ ਬੇਨਤੀ ਆ ਵੀ ਬੇਫਿਕਰ ਹੋ ਕੇ ਕਿਸੇ ਵੀ ਬਿਨਾਂ ਡਰ ਤੇ ਭੈ ਤੋਂ 7 ਤਰੀਕ ਨੂੰ ਆਪੋ ਆਪਣੇ ਘੋੜੇ ਲੈ ਕੇ ਮੰਡੀ 'ਤੇ ਲੈ ਕੇ ਆਓ। ਅੱਜ ਭਰਾਵਾ ਜਦੋਂ 7 ਤਰੀਕ ਹੀ ਧਰਤੀ ਤੜਕੇ 6 ਵਜੇ ਪੁਲੀ ਮਾਰ ਲਿਓ, ਚਾਂ ਨਾਲ ਹੀ ਤੁਸੀਂ ਉੱਡੇ ਫਿਰੋ। ਹੁਣ ਤਾਂ ਇੱਕ ਬਾਈ ਹੋਰ ਰਿਕੁਐਸਟ ਆ, ਜੇ ਕਿਸੇ ਨੇ ਸਟੋਰੀ ਆਪਦੀ ਘਰੇ ਆ ਲਾਉਣਗਾ ਉਹ ਸਟੋਰੀਆਂ ਲਵਾ ਦੇ ਪ੍ਰਧਾਨ ਸਾਹਿਬ। ਹਾਂਜੀ ਸਟੋਰੀਆਂ ਵੀ ਲਾ ਲਓ, ਸਾਰਾ ਕੰਮ 7 ਤਰੀਕ ਨੂੰ ਬਾਈ ਜੀ ਆਪਦੀਆਂ ਸਟੋਰੀਆਂ ਲਾ ਲਓ ਤੇ ਨਾਲੇ ਜਾਨਵਰ ਲਾਓ, ਠੀਕ ਹੈ ਜੀ। ਸਾਰੇ ਬਾਈ ਜਿੰਨੇ ਵੀ ਜਾਨਵਰ ਆ ਜਿੰਨੇ ਕੋਈ ਲਿਆਉਣੇ ਚਾਹੁੰਦਾ ਉਹਨੇ ਲਿਆਵੇ ਤੇ ਬਾਕੀ ਇਹਨੂੰ ਘੋੜਿਆਂ ਨੂੰ ਘੋੜੇ ਨਾ ਸਮਝੋ, ਇਹ ਆਪਣੀ ਫਸਲ ਆ। ਜੇ ਅੱਜ ਆਪਾਂ ਇਹਦੇ ਤੋਂ ਪਿੱਛੇ ਹਟ ਗਏ ਤੇ ਕੱਲ ਨੂੰ ਤੁਹਾਡੀ ਕਣਕ ਝੋਨਾ ਇਹ ਵੀ ਹੋ ਸਕਦਾ, ਸਰਕਾਰ ਕਹਿੰਦੇ ਵੀ ਅਸੀਂ ਤਾਂ ਨਹੀਂ ਲੈਣਾ ਜਾਂ ਅਸੀਂ ਮੰਡੀ ਨਹੀਂ ਲੱਗਣ ਦੇਣੀ। ਆ ਘੋੜਿਆਂ ਨੂੰ ਘੋੜਾ ਕਹਿਣਾ ਬੰਦ ਕਰੋ, ਇਹਨੂੰ ਇੱਕ ਫਸਲ ਸਮਝੋ, ਇਹ ਆਪਣੀ ਫਸਲ ਆ, ਆਪਾਂ ਆਪਣੀ ਫਸਲ ਲਈ ਲੜ ਰਹੇ ਹਾਂ। ਜੇ ਸਰਕਾਰ ਨੂੰ ਕੋਈ ਜਾਦੇ ਤੇ ਉਹ ਤੰਗ ਸੀ, ਅਸੀਂ ਘੋੜੇ ਰੱਖਣੇ ਬੰਦ ਕਰ ਦਿੰਦੇ ਹਾਂ। ਸਾਡੇ ਕਿੰਨੇ ਘੋੜਾ ਪਾਲਕ ਵੀਰ, ਕੋਈ ਬੀਏ, ਕੋਈ ਐਮਏ, ਕੋਈ ਐਮਐਡਾ, ਸਾਰਿਆਂ ਨੂੰ ਨੌਕਰੀਆਂ ਦੇਵੋ, ਬੇਰੁਜ਼ਗਾਰੀ ਚੱਕੇ ਤੇ ਸਾਡਾ ਬੇਰੁਜ਼ਗਾਰੀ ਨੂੰ ਲੁਕਾਉਣ ਵਾਸਤੇ ਇੱਕ ਜਿਹੜਾ ਧੰਦਾ ਅਪਣਾਇਆ ਗਿਆ ਇਹਨੂੰ ਬੰਦ ਕਰਨਾ ਚਾਹੁੰਦੀ ਆ। ਆਪਾਂ ਭਰਾਓ ਨਾ ਪੰਜਾਬ ਛੱਡਣਾ, ਨਾ ਕੈਨੇਡਾ ਅਮਰੀਕਾ ਜਾਣਾ, ਨੌਕਰੀ ਆਪਾਂ ਨੂੰ ਮਿਲਣੀ ਨਹੀਂ, ਇਹ ਧੰਦਾ ਬਹੁਤ ਚੰਗਾ ਤੇ ਆਪਾਂ ਇਹਦੇ ਨਾਲ ਲੜਾਂਗੇ, ਮਰਾਂਗੇ, ਜੂਝਾਂਗੇ। ਬਸ ਇਹ ਆਪਣੀ ਫਸਲ ਆ, ਇਹਨੂੰ ਲੈ ਕੇ 7 ਤਰੀਕ ਨੂੰ ਪਹੁੰਚੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਈਮੀਗੀਮ ਹੋਊਗੀ, ਸਾਰੇ ਆਪਣੇ ਕਿਸਾਨ ਯੂਨੀਅਨ, ਘੋੜਾ ਪਾਲਕ ਵੀਰ, ਸਾਰੇ ਆਪਣੀ ਸਟੂਡੈਂਟ ਯੂਨੀਅਨ ਤੱਕ ਆਪਾਂ ਤੁਹਾਡੇ ਨਾਲ ਆ। ਆਪਾਂ ਕੀ ਨਾਲ ਆ, ਆਪਾਂ ਖੁਦ ਤੁਹਾਡੇ ਤੋਂ ਪਹਿਲਾਂ ਉੱਥੇ ਖੜੇ ਹੋਵਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਚੜ੍ਹਦੀ ਕਲਾ ਦੇ ਨਾਲ 7 ਤਰੀਕ ਨੂੰ 10 ਵਜੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰ।